खालिस्तानियों नालों सिख कौम नूं अड हो जाना चाहिए है। कहिंदी मेरा विरोध काफ़ी पंजाब दे विच हुंदा रहा है ते सिखां नूं कहिंदी मैं यही अपील करांगी कि इन्हां दे बहकावे दे विच ना आउण ते अखंड भारत दे विच सिख कौम अपना योगदान पावे। ਤੇ ਇਹ ਸਿੱਖ ਕੌਮ ਉਹ ਆ ਜਿਨ੍ਹਾਂ ਨੇ ਇਸ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 80-95% ਕੁਰਬਾਨੀਆਂ ਨਿਰੋਲ ਸਿੱਖਾਂ ਦੀਆਂ ਨੇ। ਤੇ ਬੀਜੇਪੀ ਇਸ ਗੱਲ ਤੋਂ ਬੜਾ ਕਹਿ ਰਹੀ ਸੀ ਕਿ ਅਸੀਂ ਤਾਂ ਜੀ ਇਹ ਜਿਹੜਾ ਇਹਨਾਂ ਲੋਕਾਂ ਨੂੰ ਹੋਣ ਲਿਆਂਦਾ ਤੇ ਅੱਜ ਜਿਹੜਾ ਉਹਦਾ ਬਰੀ ਹੋਣਾ ਕੀ ਇਹ ਸਿੱਖ ਸੋਚਣਗੇ ਵੀ ਸਾਡੇ ਨਾਲ ਇਨਸਾਫ ਹੋ ਰਿਹਾ। ਸਿੱਖਾਂ ਨੇ ਜੇ ਖਾਲਿਸਤਾਨ ਦੀ ਗੱਲ ਕੀਤੀ ਤੇ ਕਿਉਂ ਕੀਤੀ ਆ ਜੀ? ਇਹਦੇ ਪਿਛੋਕੜਾਂ ਨੂੰ ਜਾਣਾ ਚਾਹੀਦਾ ਹੈ। ਮਹਾਤਮਾ ਗਾਂਧੀ ਦਾ ਕਤਲ ਕਰਦਾ ਹੈ ਤੇ ਉਸ ਟਾਈਮ ਦੇ ਉੱਤੇ ਸਾਰਿਆਂ ਨੂੰ ਜਿਹੜਾ ਸੀ ਨਿਸ਼ਾਨਾ ਕਿਉਂ ਨਹੀਂ ਬਣਾਇਆ ਗਿਆ? ਨੱਥੂਰਾਮ ਗੌਡਸੇ ਨੇ ਅਦਾਲਤ ਵਿੱਚ ਆਪ ਆਪਣੀ ਵਕਾਲਤ ਕਰਕੇ ਇਹ ਫਾਂਸੀ ਜਿਹੜੀ ਸੀ ਇਤਿਹਾਸ ਦੱਸਦਾ ਕਿ ਉਹਨੇ ਕਰਵਾਈ ਸੀ। ਲੇਕਿਨ ਇਹ ਦੱਸੋ ਵੀ ਸਿੱਖਾਂ ਦੇ ਉੱਤੇ ਜੇ ਦੋ ਸਿੱਖਾਂ ਨੇ ਕਤਲ ਕੀਤਾ ਇੰਦਰਾ ਗਾਂਧੀ ਦਾ ਤੇ ਫਿਰ ਉਸ ਟਾਈਮ ਤੇ ਸਮੁੱਚੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਤੇ ਕਿਉਂ ਬਣਾਇਆ? ਸਾਡੇ ਨਾਲ ਸਿੱਖ ਆਗੂ ਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਜੁੜ ਗਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਿਰਸਾ ਸਾਹਿਬ ਸਵਾਗਤ ਹੈ ਜੀ। ਧੰਨਵਾਦ ਜੀ। ਸਿਰਸਾ ਸਾਹਿਬ, ਜਿਸ ਤਰ੍ਹਾਂ ਦੇ ਨਾਲ ਅਸੀਂ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰ ਰਹੇ ਹਾਂ ਕਿ ਸਿੱਖ ਕੌਮ ਬਾਰੇ ਕੰਗਣਾ ਰਣੌਤ ਦਾ ਬਿਆਨ ਸਾਹਮਣੇ ਆਇਆ, ਉਹਨੇ ਇੱਕ ਟਵੀਟ ਕੀਤਾ ਜਿਹਦੇ ਵਿੱਚ ਉਹ ਕਹਿੰਦੀ ਹੈ ਕਿ ਖਾਲਿਸਤਾਨੀਆਂ ਨਾਲੋਂ ਸਿੱਖ ਕੌਮ ਨੂੰ ਅੱਡ ਹੋ ਜਾਣਾ ਚਾਹੀਦਾ ਹੈ। ਕਹਿੰਦੀ ਮੇਰਾ ਵਿਰੋਧ ਕਾਫੀ ਪੰਜਾਬ ਦੇ ਵਿੱਚ ਹੁੰਦਾ ਰਿਹਾ ਹੈ ਤੇ ਸਿੱਖਾਂ ਨੂੰ ਕਹਿੰਦੀ ਮੈਂ ਇਹੀ ਅਪੀਲ ਕਰਾਂਗੀ ਕਿ ਇਹਨਾਂ ਦੇ ਬਹਿਕਾਵੇ ਦੇ ਵਿੱਚ ਨਾ ਆਉਣ ਤੇ ਅਖੰਡ ਭਾਰਤ ਦੇ ਵਿੱਚ ਸਿੱਖ ਕੌਮ ਆਪਣਾ ਯੋਗਦਾਨ ਪਾਵੇ। ਮੈਂ ਤੁਹਾਡੇ ਚੈਨਲ ਦੇ ਰਾਹੀਂ ਜੀ ਉਹਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਇਹ ਸਿੱਖ ਕੌਮ ਉਹ ਆ ਜਿਨ੍ਹਾਂ ਨੇ ਇਸ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 80-95% ਕੁਰਬਾਨੀਆਂ ਨਿਰੋਲ ਸਿੱਖਾਂ ਦੀਆਂ ਨੇ, ਨਿਰੋਲ ਸਿੱਖਾਂ ਦੀਆਂ ਕੁਰਬਾਨੀਆਂ। ਉਸ ਟਾਈਮ ਦੇ ਉੱਤੇ ਸਿੱਖਾਂ ਨੇ ਆਪਣਾ ਵੱਖਰਾ ਦੇਸ਼ ਲੈਣ ਦੀ ਗੱਲ ਨਹੀਂ ਕੀਤੀ ਤੇ ਭਾਰਤ ਦੇ ਲੋਕਾਂ ਤੇ ਭਰੋਸਾ ਕੀਤਾ ਜੀ। ਪਰ ਜਦੋਂ ਦੇਸ਼ ਆਜ਼ਾਦ ਹੋ ਗਿਆ ਤੇ ਸਿੱਖ ਪ੍ਰਤੀ ਦਿਨ ਗੁਲਾਮ ਦੇ ਗੁਲਾਮ, ਉਦੋਂ ਵੀ ਗੁਲਾਮਾਂ ਦੇ ਵੀ ਗੁਲਾਮ ਬਣ ਗਏ। ਸਿੱਖਾਂ ਦੇ ਨਾਲ ਜੋ ਵਧੀਕੀਆਂ ਹੁੰਦੀਆਂ ਨੇ, ਜੋ ਰਾਤ ਦਿਨ ਇਹਨਾਂ ਦੇ ਨਾਲ ਧੱਕੇ ਛਾਈਆਂ ਹੁੰਦੀਆਂ ਨੇ, ਸਿੱਖਾਂ ਦਾ ਇਤਿਹਾਸ ਵਿਗਾੜਤਾ, ਇਹਨਾਂ ਦੇ ਜਿਹੜੇ ਤਲੇ ਚੱਟ ਸਿੱਖ ਨੇ ਬਾਦਲ ਵਰਗੇ ਜਾਂ ਹੋਰ ਜਿਹੜੇ ਨੇ ਜਿਹਨਾਂ ਨੇ ਪੰਜਾਬ ਐਜੂਕੇਸ਼ਨ ਬੋਰਡ ਵੱਲੋਂ ਸਿੱਖਾਂ ਦੇ ਸਿੱਖਾਂ ਦਾ ਇਤਿਹਾਸ ਵਿਗਾੜਤਾ ਔਰ ਸਿੱਖਾਂ ਦੇ ਉੱਤੇ ਜਿਹੜੇ ਅਤਿਆਚਾਰ ਤੇ ਜ਼ੁਲਮ ਹੁੰਦੇ ਨੇ ਸਿੱਖਾਂ ਨੂੰ, ਆਹ ਹੋਣੀ ਜਿਹੜਾ ਤੁਸੀਂ ਇਹ ਦੱਸੋ ਵੀ ਆਹ ਜਿਹੜਾ ਦਿੱਲੀ ਦੇ ਵਿੱਚ ਪਰਸੋਂ ਫੈਸਲਾ ਹੋਇਆ, ਜਿਸ ਆਦਮੀ ਨੇ ਅੱਗੇ ਲਾ ਕੇ ਭੀੜਾਂ ਨੂੰ ਸ਼ਹਿ ਦੇ ਕੇ ਤੇ ਸਿੱਖ ਕੌਮ ਦਾ ਕਤਲੇਆਮ ਕਰਾਇਆ, ਤੇ ਬੀਜੇਪੀ ਇਸ ਗੱਲ ਤੋਂ ਬੜਾ ਕਹਿ ਰਹੀ ਸੀ ਕਿ ਅਸੀਂ ਤਾਂ ਜੀ ਇਹ ਜਿਹੜਾ ਇਹਨਾਂ ਲੋਕਾਂ ਨੂੰ ਹੋਣ ਲਿਆਂਦਾ ਤੇ ਅੱਜ ਜਿਹੜਾ ਉਹਦਾ ਬਰੀ ਹੋਣਾ ਕੀ ਇਹ ਸਿੱਖ ਸੋਚਣਗੇ ਵੀ ਸਾਡੇ ਨਾਲ ਇਨਸਾਫ਼ ਹੋ ਰਿਹਾ? ਸਾਨੂੰ ਨਾ ਪ੍ਰਸ਼ਾਸਨ ਵੱਲੋਂ ਇਨਸਾਫ਼, ਨਾ ਸਾਨੂੰ ਸਰਕਾਰਾਂ ਵੱਲੋਂ ਇਨਸਾਫ਼, ਨਾ ਸਾਨੂੰ ਅਦਾਲਤਾਂ ਵੱਲੋਂ ਇਨਸਾਫ਼। ਤੇ ਮੇਰਾ ਕਹਿਣ ਤੋਂ ਭਾਵ ਇਹ ਆ ਵੀ ਸਿੱਖਾਂ ਨੇ ਜੇ ਖਾਲਿਸਤਾਨ ਦੀ ਗੱਲ ਕੀਤੀ ਤੇ ਕਿਉਂ ਕੀਤੀ ਆ ਜੀ? ਇਹਦੇ ਪਿਛੋਕੜਾਂ ਨੂੰ ਜਾਣਾ ਚਾਹੀਦਾ। ਇਹ ਸਿੱਖਾਂ ਨੂੰ ਨਾਲ ਰੱਖਣਾ, ਅਸੀਂ ਤਾਂ ਇਸ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ, ਪਰ ਸਾਨੂੰ ਇਹਦੇ ਵਿੱਚ ਦੋ ਨੰਬਰ ਦੇ ਸ਼ਹਿਰੀ ਇਦੋਂ ਵੀ ਗਾਂਹ ਜਿਹੜਾ ਇਦੋਂ ਵੀ ਥੱਲੇ ਦੇ ਮੰਨਿਆ ਜਾਂਦਾ ਜੀ। ਸਾਨੂੰ ਇੱਥੇ ਬਰਾਬਰ ਦੇ ਅਧਿਕਾਰ ਕਿਉਂ ਨੇਗੇ? ਬਰਾਬਰ ਦੇ ਜਿਹੜੇ ਕਾਨੂੰਨ ਨੇ ਉਹ ਸਾਨੂੰ ਜਿਹੜੀ ਉਹਨਾਂ ਦੀ ਜਿਹੜੀ ਆ ਉਹ ਸਾਡੇ ਤੇ ਵਰਤੋਂ, ਮਤਲਬ ਕਿ ਸਾਨੂੰ ਉਹਦੇ ਸੁੱਖ ਸਹੂਲਤਾਂ ਕਿਉਂ ਨਹੀਂ ਮਿਲਦੀਆਂ? ਅਸੀਂ ਦੇਸ਼ ਦੇ ਪੰਜਾਬ ਨੇ ਜਦੋਂ ਇਹ ਠੂਠਾ ਫੜ ਕੇ ਬਾਹਰ ਜਾਂਦੇ ਸੀ ਤੇ ਪੰਜਾਬ ਦੇ ਲੋਕਾਂ ਨੇ ਮਿਹਨਤ ਕਰਕੇ ਇਹਨਾਂ ਦਾ ਠੂਠਾ ਛਡਵਾਇਆ ਦਿੱਲੀ ਦਾ, ਤੇ ਉਹਦੇ ਬਦਲੇ ਪੰਜਾਬ ਨੂੰ ਮਿਲੇ ਕੈਂਸਰ। ਅੱਜ ਸਾਡੇ ਬੱਚੇ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ, ਤੇ ਕਿਉਂ ਜਾ ਰਹੇ ਨੇ? ਜੇ ਇੱਥੇ ਸਾਨੂੰ ਚੰਗੀਆਂ ਨੌਕਰੀਆਂ, ਚੰਗੇ ਇਨਸਾਨ ਮਿਲੇ, ਸਾਡੀਆਂ ਫਸਲਾਂ ਦਾ ਸਾਨੂੰ ਵਾਜਬ ਕੀਮਤ ਮਿਲਦੀ ਤੇ ਹਰ ਚੀਜ਼ ਜੇ ਸਾਨੂੰ ਮਿਲੇ ਤੇ ਫਿਰ ਸਿੱਖ ਕਿਉਂ? ਪਰ ਸਵਾਲ ਇੱਕੋ ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ ਵੀ 47 ਦੇ ਵਿੱਚ ਸਿੱਖਾਂ ਨੇ, 47 ਤੋਂ ਪਹਿਲਾਂ ਸਿੱਖਾਂ ਨੇ ਕੀ ਕੁਛ ਕੀਤਾ ਤੇ ਅੱਜ ਜਿਹੜਾ ਸਿੱਖ ਆ ਉਹ ਵੱਖਰੇ ਦੇਸ਼ ਦੀ ਜੇ ਮੰਗ ਕਰਦਾ ਤੇ ਕਿਉਂ ਕਰਦਾ? ਇੱਥੇ ਬੈਠ ਕੇ ਮੈਂ ਇਹਨਾਂ ਨੂੰ ਕਹਿੰਦਾ ਕਿ ਸਾਡੇ ਨਾਲ ਡਿਬੇਟ ਕਰ ਲਓ ਜੀ ਤੇ ਸਾਨੂੰ ਇਨਸਾਫ ਦੇ ਦੇਣ ਤੇ ਫਿਰ ਅਸੀਂ ਅੱਜ ਵੀ ਬੈਠਣ ਤਿਆਰ ਹੈ। ਪਰ ਇਹ ਕੀ ਹੋਇਆ ਕਿ ਅੱਜ ਸਿੱਖਾਂ ਵਾਸਤੇ ਅਦਾਲਤਾਂ 'ਚ ਵੀ ਕਾਨੂੰਨ ਹੋ, ਸਾਡੇ ਵਾਸਤੇ ਪੁਲਿਸ ਪਰਚੇ ਜਿਹੜੇ ਨੇ ਉਹ ਸਾਡੇ ਤੇ ਉਦਣ? ਇਹ ਦੱਸੋ ਵੀ ਆ ਅੰਮ੍ਰਿਤਪਾਲ ਹੋਰਾਂ ਨੂੰ ਡੇਰੂਗੜ੍ਹ ਜੇਲ੍ਹ ਦੀ 'ਚ ਬਿਠਾਇਆ, ਉਹਨਾਂ ਨੇ ਕਿੰਨੇ ਕੁ ਜੁਰਮ ਕੀਤੇ ਨੇ ਜੀ?
ਸਿੱਖਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਦਿੱਲੀ ਦੰਗਿਆਂ ਦਾ, ਦੰਗੇ ਨਹੀਂ ਕਤਲੇਆਮ ਦਾ ਅਜੇ ਤੱਕ ਨਹੀਂ। ਸਿੱਖਾਂ ਨੇ ਕੀ ਜ਼ੁਲਮ ਕੀਤਾ ਸੀ ਜੀ? ਜੇਕਰ ਨੱਥੂ ਰਾਮ ਗੌੜਸਾ ਇੰਦਰਾ ਗਾਂਧੀ ਦਾ ਸੋਰੀ ਮਹਾਤਮਾ ਗਾਂਧੀ ਦਾ ਕਤਲ ਕਰਦਾ ਹੈ ਤੇ ਉਸ ਟਾਈਮ ਦੇ ਉੱਤੇ ਸਾਰਿਆਂ ਨੂੰ ਜਿਹੜਾ ਸੀ ਨਿਸ਼ਾਨਾ ਕਿਉਂ ਨਹੀਂ ਬਣਾਇਆ ਗਿਆ? ਨੱਥੂ ਰਾਮ ਗੌੜਸੇ ਨੇ ਅਦਾਲਤ ਵਿੱਚ ਆਪ ਆਪਣੀ ਵਕਾਲਤ ਕਰਕੇ ਇਹ ਫਾਂਸੀ ਜਿਹੜੀ ਸੀ ਇਤਿਹਾਸ ਦੱਸਦਾ ਕਿ ਉਹਨੇ ਕਰਵਾਈ ਸੀ। ਲੇਕਿਨ ਇਹ ਦੱਸੋ ਵੀ ਸਿੱਖਾਂ ਦੇ ਉੱਤੇ ਜੇ ਦੋ ਸਿੱਖਾਂ ਨੇ ਕਤਲ ਕੀਤਾ ਇੰਦਰਾ ਗਾਂਧੀ ਦਾ ਤੇ ਫਿਰ ਉਸ ਟਾਈਮ ਤੇ ਸਮੁੱਚੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਤੇ ਕਿਉਂ ਬਣਾਇਆ? ਜੇ ਅਸੀਂ ਆਪਣੇ ਦੇਸ਼ ਦੇ ਲੋਕਾਂ ਦੇ ਕਾਲੇ ਕਾਨੂੰਨਾਂ ਦੇ ਵਿਰੁੱਧ ਗਏ ਤੇ ਸਾਨੂੰ ਅੱਤਵਾਦੀ ਆਤੰਕਵਾਦੀ ਤੇ ਦੇਸ਼ ਧਰੋਹੀ ਦਿੱਲੀ ਜਦੋਂ ਅਸੀਂ ਗਏ ਹਾਂ ਉੱਥੇ ਆਪਣੀਆਂ ਮੰਗਾਂ ਮੰਗਣ ਵਾਸਤੇ ਕਿਸਾਨੀ ਹਿੱਤਾਂ ਵਾਸਤੇ ਤੇ ਸਾਨੂੰ ਉੱਥੇ ਦੇਸ਼ ਧਰੋਹੀ ਕਿਉਂ ਕਿਹਾ? ਇਹ ਸਾਨੂੰ ਰਾਤ ਦਿਨ ਜਿਹੜੇ ਇਹ ਲਫ਼ਜ਼ ਵਰਤਦੇ ਨੇ ਇਹ ਕਿਉਂ ਵਰਤਦੇ ਨੇ? ਪਹਿਲਾਂ ਉਹਨਾਂ ਤੇ ਕਾਬੂ ਪਾਉਣ, ਉਹਨਾਂ ਤੇ ਨੱਥ ਪਾਉਣ, ਸਿੱਖਾਂ ਨੂੰ ਇਨਸਾਫ਼ ਦੇਣ ਤੇ ਫਿਰ ਜਿਹੜਾ ਸਿੱਖ ਜਿਹੜਾ ਉਹ ਸੋਚ ਸਕਦਾ ਵੀ ਮੈਂ ਦੇਸ਼ ਦੇ ਨਾਲ ਰਹਿਣਾ। ਪਰ ਜੇ ਅੱਜ ਸਿੱਖ ਜੇ ਤੁਸੀਂ ਮੇਰੇ ਵਰਗੇ ਤਾਂ ਬੋਲ ਜਾਂਦੇ ਨੇ, ਜਿਹੜੇ ਸਿੱਖ ਆਮ ਤੌਰ ਤੇ ਸਰਮਾਏਦਾਰ ਵੀ ਆ ਉਹ ਵੀ ਇਹ ਸਿੱਖ ਗੱਲ ਕਰਦਾ ਕਿ ਸਾਡੇ ਨਾਲ ਇਹ ਧੱਕਾ ਹੋ ਰਿਹਾ, ਧੱਕਾ ਨਹੀਂ ਹੋਣਾ ਚਾਹੀਦਾ, ਉਹ ਵੀ ਇਸ ਗੱਲ ਤੋਂ ਦੁਖੀ ਨੇ। ਸੋ ਇਸ ਕਰਕੇ ਬੈਠਣ, ਮੈਂ ਉਹਨੂੰ ਚੈਲੰਜ ਕਰਦਾ ਕਿ ਜੇ ਉਹਦੇ ਚ ਹਿੰਮਤ ਆ ਸਾਡੇ ਨਾਲ ਡਿਬੇਟ ਕਰਕੇ ਬੈਠਣ ਵੀ ਇਹ ਸਿੱਖ ਖਾਲਿਸਤਾਨ ਦੀ ਮੰਗ ਕਰਦੇ ਆ ਤੇ ਕਿਉਂ ਕਰਦੇ ਆ ਜੀ, ਇਸ ਸਵਾਲ ਦਾ ਜਵਾਬ ਦੇਣ। ਬਿਲਕੁਲ ਜੀ ਬਿਲਕੁਲ, ਮਿਹਰਬਾਨੀ ਸਿਰਸਾ ਸਾਹਿਬ, ਤੁਸੀਂ ਕੀਮਤੀ ਸਮਾਂ ਸਾਨੂੰ ਦਿੱਤਾ ਜੀ, ਮਿਹਰਬਾਨੀ ਤੁਹਾਡੀ, ਧੰਨਵਾਦ। ਅਤੇ ਦਰਸ਼ਕਾਂ ਨੇ ਵੀ ਸਿਰਸਾ ਸਾਹਿਬ ਦਾ ਪ੍ਰਤੀਕਰਮ ਸੁਣ ਹੀ ਲਿਆ ਹੈ ਕੰਗਣਾ ਰਣੌਤ ਵਾਲੇ ਬਿਆਨ ਦੇ ਉੱਤੇ, ਕਿਉਂਕਿ ਕੰਗਣਾ ਰਣੌਤ ਨੇ ਬਿਆਨ ਹੀ ਕੁਝ ਅਜਿਹਾ ਦਿੱਤਾ ਹੈ। ਅਤੇ ਵੈਸੇ ਢਿੱਲੋਂ ਸਾਹਿਬ ਤੁਹਾਡੀ ਗੱਲ ਵੀ ਸਹੀ ਹੈ ਵੀ ਇਹਨੂੰ ਕਿਹਾ ਕਿੰਨੇ ਆ ਵੀ ਤੂੰ ਭਾਈ ਐਡਾ ਵੱਡਾ ਜਿਹੜਾ ਦੋ ਮੁਲਕਾਂ ਦਾ ਰੇੜਕਾ ਚੱਲ ਰਿਹਾ ਅਤੇ ਤੂੰ ਆਪਣਾ ਵਿੱਚ ਆ ਕੇ ਇੱਕ ਤੀਰ ਛੱਡ ਜਾ? ਨਹੀਂ ਬਿਲਕੁਲ ਗਲਤ ਹੈ ਜੀ, ਬਿਲਕੁਲ ਹੈਗਾ। ਉਹਨੂੰ ਉਹ ਕੌਣ ਹੈ? ਉਹ ਕੋਈ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ? ਇਹਦੇ ਵਿੱਚ ਬਿਲਕੁਲ ਹੈਗਾ, ਜਿਵੇਂ ਉਹਨੂੰ ਇਹਨਾਂ ਨੇ ਵੀ ਦੱਸਤਾ ਕਿ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਅਤੇ ਜਿਹੜੀਆਂ ਧੱਕੇ ਸੀਗੀਆਂ ਸਿੱਖਾਂ ਨਾਲ ਹੁੰਦੀਆਂ, ਉਦੋਂ ਇਹ ਕਿਸਾਨ ਅੰਦੋਲਨ 'ਤੇ ਬੋਲੀ, ਇਸ 'ਤੇ ਕਿਉਂ ਨਾ ਬੋਲੀ ਕਿ ਜਦੋਂ ਲਾਲ ਬਹਾਦਰ ਸ਼ਾਸਤਰੀ ਸਾਡੇ ਪ੍ਰਧਾਨ ਮੰਤਰੀ ਸੀਗੇ, ਉਹਨਾਂ ਨੇ ਕਹੀ ਜੈ ਜਵਾਨ ਜੈ ਕਿਸਾਨ। ਠੀਕ ਹੈ ਸਰਸਾ ਸਾਹਿਬ ਨੇ ਕਿ ਅਸੀਂ ਬਾਹਰ ਜਾਂਦੇ ਸੀ ਉਹ PP18 ਕਣਕ ਹੁੰਦੀ ਸੀ ਇੱਕ ਰਸ਼ੀਆ ਦੀ ਲਾਲ ਜਿਹੇ ਰੰਗ ਦੀ, ਜਿਹਦਾ ਰੋਟੀ ਤੁਸੀਂ ਗਰਮ ਗਰਮ ਖਾ ਲਈ ਠੀਕ ਹੈ ਅਤੇ ਨਹੀਂ ਪਲੇਟ ਬਣ ਜਾਂਦੀ ਸੀ। ਇਸ ਕਿਸਾਨ ਨੇ ਇੱਥੇ ਹਰੀ ਕ੍ਰਾਂਤੀ ਲਿਆਂਦੀ, ਖੱਟਿਆ ਕੀ ਉਹਦੇ ਬਦਲੇ? ਆ ਕੈਂਸਰ। ਕਿੱਥੇ ਸੀ ਪੰਜਾਬ ਦੇ ਵਿੱਚ ਕੈਂਸਰ? ਇਹ 70ਵਿਆਂ ਤੋਂ ਬਾਅਦ ਦੇ ਵਿੱਚ ਆਇਆ ਜਦੋਂ ਇੱਥੇ ਹਰੀ ਕ੍ਰਾਂਤੀ ਅਸੀਂ ਲਿਆਂਦੀ, ਜ਼ਹਿਰਾਂ ਦੀ ਦੁਰਵਰਤੋਂ ਕੀਤੀ, ਪੰਜਾਬ ਦਾ ਪਾਣੀ ਵੰਡਿਆ ਗਿਆ, ਪੰਜਾਬ ਦੇ ਪਾਣੀ ਨੂੰ, ਮੈਂ ਮੰਨਦਾ ਕਿ ਇੱਥੋਂ ਦੇ ਸਿਆਸਤਦਾਨ ਸੀ ਜਿਹੜੇ ਉਹ ਵੀ ਬੇਈਮਾਨ, ਜਿਨ੍ਹਾਂ ਨੇ ਇਹ ਦੇਣਾ ਸੀ ਉਹ ਵੀ ਬੇਈਮਾਨ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਗੱਲ ਨਾ ਕਰੋ ਜਿਹਦੇ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਉੱਤੇ ਕੋਈ ਅਸਰ ਪੈਂਦਾ ਹੋਵੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।